ਦੋਸਤੋ, ਸਾਨੂੰ ਹਮੇਸ਼ਾ ਲੱਗਦਾ ਹੈ ਕਿ ਪੁੰਨ ਕਮਾਉਣ ਵਾਲੇ ਲੋਕਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਪਰ ਸਵਰਗ ਜਾਣ ਦੇ ਅਸਲੀ ਹੱਕਦਾਰ ਕਿਹੜੇ ਲੋਕ ਹੁੰਦੇ ਨੇ ਅਤੇ ਉਹ ਕਿਹੜਾ ਪਾਪ ਹੈ ਜਿਸ ਨੂੰ ਕਰਨ ਵਾਲੇ ਮਨੁੱਖ ਨੂੰ ਨਰਕ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਇੱਕ ਪ੍ਰਾਚੀਨ ਕਹਾਣੀ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਪੂਜਾ ਪਾਠ, ਦਾਨ, ਧਰਮ, ਜਪ ਤਪ, ਹੋਰ ਕਈ ਪ੍ਰਕਾਰ ਦੇ ਲੱਖਾਂ ਪੁੰਨ ਦੇ ਕੰਮ ਕਰਨ ਦੇ ਬਾਵਜੂਦ ਵੀ ਕੁਝ ਮਨੁੱਖ ਨਰਕਾਂ ਵਿੱਚ ਹੀ ਕਿਉਂ ਜਾਂਦੇ ਨੇ ਅਤੇ ਕਈ ਵਾਰ ਘੋਰ ਪਾਪ ਕਰਨ ਦੇ ਬਾਵਜੂਦ ਵੀ ਕਈ ਮਨੁੱਖਾਂ ਨੂੰ ਸਵਰਗ ਦੀ ਪ੍ਰਾਪਤੀ ਕਿਹੜੇ ਪੁੰਨ ਦੇ ਕਾਰਨ ਹੁੰਦੀ ਹੈ? ਉਹ ਕਿਹੜਾ ਪੁੰਨ ਹੈ ਜੋ ਮਨੁੱਖ ਦੇ ਲੱਖਾਂ ਪਾਪਾਂ ਦਾ ਨਾਸ ਕਰਦਾ ਹੈ ਅਤੇ ਉਹ ਕਿਹੜਾ ਪਾਪ ਹੈ ਜੋ ਉਸਦੇ ਪੁੰਨ ਨੂੰ ਨਸ਼ਟ ਕਰ ਦਿੰਦਾ ਹੈ? ਸੋ ਦੋਸਤੋ, ਇਸ ਤੋਂ ਪਹਿਲਾਂ ਤੁਸੀਂ ਇਸ ਕਹਾਣੀ ਵਿੱਚ ਗੁਆਚ ਜਾਓ, ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੋ ਸ਼ੁਰੂ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ, ਇੱਕ ਦੇਸ਼ ਵਿੱਚ ਇੱਕੋ ਹੀ ਦਿਨ 'ਤੇ ਚਾਰ ਵਿਅਕਤੀਆਂ ਦੀ ਇੱਕੋ ਹੀ ਸਮੇਂ 'ਤੇ ਮੌਤ ਹੋ ਗਈ। ਉਹ ਚਾਰੇ ਵੱਖ-ਵੱਖ ਵਿਚਾਰ ਰੱਖਣ ਵਾਲੇ ਅਤੇ ਵੱਖ-ਵੱਖ ਰਾਜਾਂ ਦੇ ਰਹਿਣ ਵਾਲੇ ਸੀ। ਬਸ ਸੰਯੋਗ ਦੇ ਨਾਲ ਹੀ ਉਹਨਾਂ ਚਾਰਾਂ ਦਾ ਅੰਤ ਇੱਕ ਹੀ ਸਮੇਂ 'ਤੇ ਹੋ ਗਿਆ। ਇੱਕ ਹੀ ਸਮੇਂ 'ਤੇ ਯਮਦੂਤ ਉਹਨਾਂ ਚਾਰਾਂ ਨੂੰ ਲੈਣ ਲਈ ਆਏ। ਮਰਨ ਵਾਲਿਆਂ ਵਿੱਚ ਇੱਕ ਤਾਂ ਕਿਸੇ ਪ੍ਰਦੇਸ਼ ਦਾ ਰਾਜਾ ਸੀ, ਦੂਜਾ ਕੋਈ ਵੱਡਾ ਧਨੀ ਵਪਾਰੀ ਸੀ, ਤੀਜਾ ਪੂਜਾ ਪਾਠ ਕਰਨ ਵਾਲਾ ਇੱਕ ਪੰਡਿਤ ਸੀ ਅਤੇ ਚੌਥਾ ਗਰੀਬ ਮਜ਼ਦੂਰ ਸੀ ਜੋ ਦਿਨ ਭਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਮਰਨ ਤੋਂ ਬਾਅਦ ਉਹ ਸਾਰੇ ਯਮਲੋਕ ਵਿੱਚ ਪਹੁੰਚ ਜਾਂਦੇ ਨੇ। ਯਮਲੋਕ ਪਹੁੰਚਣ 'ਤੇ ਉੱਥੇ ਦਾ ਦ੍ਰਿਸ਼ ਦੇਖ ਕੇ ਉਹ ਸਾਰੇ ਡਰ ਜਾਂਦੇ ਨੇ, ਉਹਨਾਂ ਦਾ ਅੰਗ ਅੰਗ ਕੰਬਣ ਲੱਗਦਾ ਹੈ। ਯਮਲੋਕ ਵਿੱਚ ਵਿਸ਼ਾਲ ਕਾਏ ਆਕਾਰ ਵਾਲੇ ਯਮਰਾਜ ਸੋਨੇ ਦੇ ਬਣੇ ਸਿੰਘਾਸਨ 'ਤੇ ਵਿਰਾਜਮਾਨ ਹੁੰਦੇ ਨੇ। ਉਹਨਾਂ ਦੇ ਕੋਲ ਚਿਤਰਗੁਪਤ ਬੈਠੇ ਹੁੰਦੇ ਨੇ ਜਿਨ੍ਹਾਂ ਕੋਲ ਸਾਰੇ ਪ੍ਰਾਣੀਆਂ ਦਾ ਲੇਖਾ ਜੋਖਾ ਰੱਖਿਆ ਹੁੰਦਾ ਹੈ। ਯਮਦੂਤ ਆਤਮਾਵਾਂ ਨੂੰ ਅੱਗੇ ਧੱਕ ਰਹੇ ਹੁੰਦੇ ਨੇ। ਕੁਝ ਮਨੁੱਖ ਜ਼ੋਰ ਜ਼ੋਰ ਨਾਲ ਵਿਲਾਪ ਕਰ ਰਹੇ ਹੁੰਦੇ ਨੇ ਅਤੇ ਕੁਝ ਮਨੁੱਖ ਬਹੁਤ ਖੁਸ਼ ਹੋ ਕੇ ਤੁਰ ਰਹੇ ਹੁੰਦੇ ਨੇ। ਸਵਰਗ ਦੇ ਦੁਆਰ ਤੋਂ ਸੁੰਦਰ ਰੌਸ਼ਨੀ ਦਿਖਾਈ ਦੇ ਰਹੀ ਹੁੰਦੀ ਹੈ ਅਤੇ ਉੱਥੇ ਹੀ ਨਰਕ ਦੇ ਦੁਆਰ ਤੋਂ ਧਧਕਦੀ ਹੋਈ ਅੱਗ ਦੀ ਲਪਟ ਦਿਖਾਈ ਦਿੰਦੀ ਹੈ। ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਉਹ ਚਾਰੇ ਇੱਕ ਦੂਜੇ ਨਾਲ ਗੱਲ ਕਰਨ ਲੱਗਦੇ ਨੇ ਅਤੇ ਆਪਣੇ ਆਪਣੇ ਪੁੰਨ ਅਤੇ ਪਾਪ ਦੇ ਵਿਸ਼ੇ ਵਿੱਚ ਚਰਚਾ ਕਰ ਰਹੇ ਹੁੰਦੇ ਨੇ। ਜਦੋਂ ਯਮਦੂਤ ਉਹਨਾਂ ਚਾਰਾਂ ਆਤਮਾਵਾਂ ਨੂੰ ਲੈ ਕੇ ਯਮਰਾਜ ਦੀ ਸਭਾ ਵਿੱਚ ਪਹੁੰਚੇ ਅਤੇ ਉਹਨਾਂ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ, ਉਹ ਸਾਰੇ ਸੋਚ ਰਹੇ ਸੀ ਕਿ ਕੌਣ ਸਵਰਗ ਵਿੱਚ ਜਾਵੇਗਾ ਅਤੇ ਕੌਣ ਨਰਕ ਵਿੱਚ ਜਾਵੇਗਾ। ਇਸ ਤੋਂ ਪਹਿਲਾਂ ਯਮਰਾਜ ਆਪਣੇ ਆਸਣ 'ਤੇ ਵਿਰਾਜਮਾਨ ਹੁੰਦੇ, ਉਹ ਚਾਰੇ ਆਪਸ ਵਿੱਚ ਗੱਲਬਾਤ ਕਰਦੇ ਹੋਏ ਆਪਣੇ ਆਪ ਨੂੰ ਸਵਰਗ ਦੇ ਕਾਬਲ ਦੱਸਣ ਲੱਗ ਪਏ। ਸਭ ਤੋਂ ਪਹਿਲਾਂ ਰਾਜਾ ਬੋਲਿਆ ਕਿ ਮੈਨੂੰ ਤਾਂ ਧਰਮਰਾਜ ਪੱਕਾ ਸਵਰਗ ਵਿੱਚ ਹੀ ਭੇਜਣਗੇ ਕਿਉਂਕਿ ਮੈਂ ਇੱਕ ਵਿਸ਼ਵ ਪ੍ਰਸਿੱਧ ਰਾਜਾ ਹਾਂ। ਮੈਂ ਆਪਣੇ ਅਨੇਕਾਂ ਸਦਕਰਮਾਂ ਨਾਲ ਧਰਤੀ 'ਤੇ ਆਪਣਾ ਨਾਮ ਕਮਾਇਆ ਹੈ। ਚਾਰੇ ਪਾਸੇ ਲੋਕ ਮੇਰੇ ਚੰਗੇ ਕਰਮਾਂ ਦੀ ਚਰਚਾ ਕਰਦੇ ਨੇ। ਕਦੇ ਵੀ ਕੋਈ ਮੇਰੇ ਦਰ ਤੋਂ ਖਾਲੀ ਹੱਥ ਨਹੀਂ ਗਿਆ। ਜੋ ਵੀ ਆਇਆ ਮੈਂ ਉਸਨੂੰ ਇੰਨਾ ਦਿੱਤਾ ਕਿ ਉਹ ਸਾਰੀ ਉਮਰ ਮੇਰਾ ਨਾਮ ਨਹੀਂ ਭੁਲਾ ਸਕਿਆ। ਹਰ ਪਾਸੇ ਮੇਰੇ ਨਾਮ ਦਾ ਗੁਣਗਾਣ ਹੋ ਰਿਹਾ ਹੈ। ਮੇਰੇ ਦੁਆਰਾ ਦਿੱਤੇ ਗਏ ਦਾਨ ਤੋਂ ਲੱਖਾਂ ਲੋਕਾਂ ਨੂੰ ਖਾਣ ਲਈ ਅੰਨ ਮਿਲਿਆ ਅਤੇ ਰਹਿਣ ਲਈ ਆਸਰਾ ਮਿਲਿਆ। ਇਸ ਲਈ ਮੇਰੇ ਕਰਮਾਂ ਨੂੰ ਦੇਖਦੇ ਹੋਏ ਧਰਮਰਾਜ ਮੈਨੂੰ ਪੱਕਾ ਹੀ ਸਵਰਗ ਵਿੱਚ ਭੇਜਣਗੇ। ਰਾਜੇ ਦੀ ਗੱਲ ਸੁਣ ਕੇ ਧਨੀ ਵਪਾਰੀ ਹੱਸ ਪਿਆ ਅਤੇ ਬੋਲਣ ਲੱਗਾ ਕਿ ਤੁਸੀਂ ਤਿੰਨੋਂ ਹੀ ਇੰਨੇ ਵੱਡੇ ਪਾਪੀ ਹੋ ਕਿ ਤੁਹਾਨੂੰ ਨਰਕ ਵਿੱਚ ਜਾਣਾ ਹੀ ਪਵੇਗਾ। ਤੁਸੀਂ ਤਿੰਨਾਂ ਨੇ ਘੋਰ ਪਾਪ ਕੀਤੇ ਨੇ ਅਤੇ ਇਸ ਲਈ ਧਰਮਰਾਜ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ। ਇੱਥੇ ਮੌਜੂਦ ਮੈਂ ਹੀ ਇਕੱਲਾ ਵਾਂ ਜੋ ਸਭ ਤੋਂ ਵੱਧ ਦਾਨ ਧਰਮ ਕਰਨ ਵਾਲਾ। ਮੈਂ ਆਪਣੇ ਜੀਵਨ ਵਿੱਚ ਬਹੁਤ ਪੂਜਾ ਪਾਠ ਕੀਤਾ ਹੈ, ਬ੍ਰਾਹਮਣਾਂ ਨੂੰ ਦਾਨ ਦੱਖਣਾ ਦਿੱਤੀ ਹੈ, ਮੈਂ ਮੌਤ ਤੋਂ ਪਹਿਲਾਂ ਗਾਂ ਦਾ ਦਾਨ ਵੀ ਕੀਤਾ ਹੈ ਅਤੇ ਹੁਣ ਮੇਰੇ ਸਾਰੇ ਪੁੱਤਰ ਪੋਤਰੇ ਮੇਰੀ ਆਤਮਾ ਦੀ ਮੁਕਤੀ ਲਈ ਵੱਡਾ ਯੱਗ ਕਰਾ ਰਹੇ ਨੇ। ਉਹ ਮੇਰੇ ਲਈ ਸ਼ਰਾਧ ਦਾਨ ਤਰਪਣ ਕਰ ਰਹੇ ਨੇ। ਇਸ ਲਈ ਮੈਂ ਸਭ ਤੋਂ ਵੱਧ ਪੁੰਨਵਾਨ ਹਾਂ। ਮੇਰੀਆਂ ਦੋ ਪਤਨੀਆਂ ਅਤੇ ਪੰਜ ਪੁੱਤਰ ਨੇ। ਇੰਨੇ ਲੋਕ ਮੇਰੀ ਮੁਕਤੀ ਲਈ ਉਪਾਅ ਕਰ ਰਹੇ ਨੇ ਅਤੇ ਹਾਂ, ਮੈਂ ਆਪਣੇ ਜੀਵਨ ਵਿੱਚ ਕਦੇ ਕੋਈ ਪਾਪ ਨਹੀਂ ਕੀਤਾ।
ਅਤੇ ਜੇਕਰ ਜਾਣੇ ਅਣਜਾਣੇ ਕੀਤੇ ਵੀ ਹੋਣਗੇ ਤਾਂ ਮੇਰੇ ਪੁੱਤਰਾਂ ਦੇ ਸ਼ਰਾਧ ਆਦਿ ਦੇ ਕਾਰਜਾਂ ਦੁਆਰਾ ਮੇਰੇ ਪਾਪ ਵੀ ਨਸ਼ਟ ਹੋ ਜਾਣਗੇ। ਮੈਂ ਰੋਜ਼ਾਨਾ ਪੂਜਾ ਕਰਦਾ ਸੀ, ਮੰਦਰ ਜਾਂਦਾ ਸੀ, ਦਰ 'ਤੇ ਆਏ ਭਿਖਾਰੀਆਂ ਨੂੰ ਭੋਜਨ ਦਿੰਦਾ ਸੀ। ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਧਰਮਰਾਜ ਕਦੇ ਵੀ ਮੈਨੂੰ ਨਰਕ ਵਿੱਚ ਨਹੀਂ ਭੇਜਣਗੇ ਅਤੇ ਮੈਨੂੰ ਮੋਕਸ਼ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਉਸ ਧਨੀ ਵਪਾਰੀ ਦੀ ਗੱਲ ਸੁਣਦੇ ਹੀ ਪੰਡਿਤ ਜੀ ਕਹਿਣ ਲੱਗੇ, ਅਰੇ ਭਾਈ ਕਿਉਂ ਫਜ਼ੂਲ ਦੀਆਂ ਗੱਲਾਂ ਕਰ ਰਹੇ ਹੋ? ਸਵਰਗ ਵਿੱਚ ਜਾਣਾ ਕੋਈ ਆਸਾਨ ਕੰਮ ਨਹੀਂ ਹੈ। ਸਵਰਗ ਵਿੱਚ ਜਾਣ ਲਈ ਦਾਨ ਦੇ ਨਾਲ ਨਾਲ ਪੂਜਾ ਪਾਠ ਕਰਨਾ ਪੈਂਦਾ ਹੈ। ਇਸ ਲਈ ਸਵਰਗ ਵਿੱਚ ਪ੍ਰਸਥਾਨ ਤਾਂ ਮੈਂ ਹੀ ਕਰਾਂਗਾ, ਕਿਉਂਕਿ ਮੈਂ ਭਗਵਾਨ ਦਾ ਬਹੁਤ ਪੂਜਾ ਪਾਠ ਕੀਤਾ ਹੈ। ਸਾਰਾ ਜੀਵਨ ਮੇਰਾ ਪੂਜਾ ਆਰਾਧਨਾ ਵਿੱਚ ਬੀਤਿਆ ਹੈ। ਮੇਰੇ ਸ਼ੁਭ ਕਰਮਾਂ ਦੇ ਕਾਰਨ ਮੇਰੇ ਲਈ ਹੀ ਧਰਮਰਾਜ ਸਵਰਗ ਦਾ ਦਰਵਾਜ਼ਾ ਖੋਲ੍ਹਣਗੇ। ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ। ਜਦੋਂ ਇਸ ਤਰ੍ਹਾਂ ਤਿੰਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੀਤੀਆਂ ਅਤੇ ਆਪਣੇ ਆਪਣੇ ਵਿਚਾਰ ਰੱਖੇ, ਫਿਰ ਉਹ ਤਿੰਨੋਂ ਉਸ ਚੌਥੇ ਵਿਅਕਤੀ ਮਜ਼ਦੂਰ ਵੱਲ ਦੇਖਣ ਲੱਗੇ ਕਿ ਹੁਣ ਇਹ ਕੀ ਕਹਿੰਦਾ ਹੈ, ਕਿ ਇਸਨੇ ਵੀ ਕੋਈ ਚੰਗਾ ਕੰਮ ਕੀਤਾ ਹੈ ਜਾਂ ਨਹੀਂ, ਜਾਂ ਫਿਰ ਇਸਦਾ ਪੂਰਾ ਜੀਵਨ ਮਜ਼ਦੂਰੀ ਕਰਦੇ ਹੋਏ ਦੂਜਿਆਂ ਦੇ ਅਧੀਨ ਰਹਿ ਕੇ ਹੀ ਬੀਤਿਆ ਹੈ। ਉਹ ਸਾਰਿਆਂ ਦੀਆਂ ਗੱਲਾਂ ਨੂੰ ਚੁੱਪ ਚਾਪ ਹੇਠਾਂ ਨਜ਼ਰਾਂ ਝੁਕਾਏ ਸੁਣਦਾ ਰਿਹਾ ਅਤੇ ਉਹ ਤਿੰਨੇ ਬੜੇ ਹੀ ਗਰਵ ਦੇ ਨਾਲ ਆਪਣੀ ਪ੍ਰਸ਼ੰਸਾ ਕਰ ਰਹੇ ਸੀ। ਤਦ ਹੀ ਧਰਮਰਾਜ ਆਪਣੇ ਸਾਥੀ ਚਿੱਤਰਗੁਪਤ ਦੇ ਨਾਲ ਦਰਬਾਰ ਵਿੱਚ ਹਾਜ਼ਰ ਹੁੰਦੇ ਨੇ। ਚਿੱਤਰਗੁਪਤ ਦੇ ਹੱਥਾਂ ਵਿੱਚ ਇੱਕ ਮੋਟੀ ਜਿਹੀ ਕਿਤਾਬ ਹੁੰਦੀ ਹੈ ਜਿਸ ਵਿੱਚ ਸਮੂਹ ਪ੍ਰਾਣੀਆਂ ਦੇ ਕਰਮਾਂ ਦਾ ਲੇਖਾ ਜੋਖਾ ਲਿਖਿਆ ਹੁੰਦਾ ਹੈ। ਧਰਮਰਾਜ ਆਪਣੇ ਆਸਣ 'ਤੇ ਬਿਰਾਜਮਾਨ ਹੁੰਦੇ ਨੇ। ਉਸ ਤੋਂ ਬਾਅਦ ਚਿੱਤਰਗੁਪਤ ਨੇ ਸਭ ਤੋਂ ਪਹਿਲਾਂ ਰਾਜੇ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਤੋਂ ਪੁੱਛਣ ਲੱਗਾ ਕਿ ਤੂੰ ਦੱਸ, ਤੂੰ ਤਾਂ ਧਰਤੀ 'ਤੇ ਬਹੁਤ ਹੀ ਪ੍ਰਸਿੱਧ ਰਾਜਾ ਸੀ, ਤੂੰ ਆਪਣੇ ਜੀਵਨ ਵਿੱਚ ਕਿਹੜੇ ਕਿਹੜੇ ਸ਼ੁਭ ਕਰਮ ਕੀਤੇ ਨੇ ਅਤੇ ਕਿੰਨੇ ਲੋਕਾਂ ਨੂੰ ਦੁੱਖ ਦਿੱਤਾ ਹੈ, ਕਿੰਨੇ ਲੋਕਾਂ ਦਾ ਭਲਾ ਕੀਤਾ ਹੈ? ਫਿਰ ਮੈਂ ਆਪਣੀ ਪੁਸਤਕ ਵਿੱਚ ਦੇਖ ਕੇ ਇਹ ਫੈਸਲਾ ਕਰਾਂਗਾ ਕਿ ਤੂੰ ਸਵਰਗ ਵਿੱਚ ਜਾਣ ਦਾ ਹੱਕਦਾਰ ਹੈ ਜਾਂ ਨਹੀਂ। ਤਦ ਬੜੇ ਹੀ ਗਰਵ ਦੇ ਨਾਲ ਰਾਜਾ ਆਪਣੇ ਕਰਮਾਂ ਬਾਰੇ ਦੱਸਦਾ ਹੈ, ਹੇ ਮੁਨੀਵਰ, ਮੈਂ ਇੱਕ ਬਹੁਤ ਵੱਡੇ ਰਾਜ ਦਾ ਸੁਆਮੀ ਸੀ। ਮੇਰਾ ਰਾਜ ਬਹੁਤ ਹੀ ਸਮ੍ਰਿੱਧ ਅਤੇ ਖੁਸ਼ਹਾਲ ਸੀ। ਮੇਰੇ ਰਾਜ ਵਿੱਚ ਗਰੀਬ ਲੋਕ ਬਹੁਤ ਹੀ ਘੱਟ ਸੀ, ਸਾਰੇ ਮੇਰੀ ਛਤਰਛਾਇਆ ਵਿੱਚ ਬੜੇ ਆਨੰਦ ਨਾਲ ਜੀਵਨ ਬਤੀਤ ਕਰ ਰਹੇ ਸੀ। ਮੈਂ ਆਪਣੇ ਰਾਜ ਦੇ ਲੋਕਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ, ਹਰ ਭੁੱਖੇ ਨੂੰ ਭੋਜਨ ਮਿਲਦਾ ਸੀ, ਲੱਖਾਂ ਹੀ ਧਨ ਮੋਹਰਾਂ ਉਹਨਾਂ ਨੂੰ ਰੋਜ਼ ਦਾਨ ਵਿੱਚ ਦਿੱਤੀਆਂ ਜਾਂਦੀਆਂ ਸੀ, ਪ੍ਰਜਾ ਦੇ ਲੋਕ ਮੇਰੇ ਤੋਂ ਬਹੁਤ ਖੁਸ਼ ਰਹਿੰਦੇ ਸੀ। ਇਹੀ ਮੇਰੇ ਜੀਵਨ ਦੇ ਚੰਗੇ ਕਰਮ ਨੇ। ਰਾਜੇ ਦੀ ਗੱਲ ਸੁਣ ਕੇ ਚਿੱਤਰਗੁਪਤ ਨੇ ਆਪਣੀ ਪੁਸਤਕ ਉਠਾਈ ਅਤੇ ਉਸ ਵਿੱਚ ਦੇਖਣ ਲੱਗੇ। ਪੁਸਤਕ ਵਿੱਚ ਦੇਖ ਕੇ ਉਹਨਾਂ ਨੇ ਰਾਜੇ ਨੂੰ ਦੱਸਿਆ ਕਿ ਤੂੰ ਜੋ ਕਹਿ ਰਿਹਾ ਹੈ ਉਹ ਬਿਲਕੁਲ ਸੱਚ ਹੈ, ਤੂੰ ਆਪਣੀ ਪ੍ਰਜਾ ਨੂੰ ਬਹੁਤ ਸੁੱਖ ਦਿੱਤਾ ਹੈ, ਪਰ ਇਸ ਦੇ ਨਾਲ ਨਾਲ ਤੂੰ ਬਹੁਤ ਵੱਡਾ ਅਪਰਾਧ ਵੀ ਕੀਤਾ ਹੈ। ਤੂੰ ਆਪਣੇ ਰਾਜ ਦੀ ਸੀਮਾ ਨੂੰ ਵਧਾਉਣ ਲਈ ਜਿੰਨੀਆਂ ਜੰਗਾਂ ਲੜੀਆਂ ਨੇ ਉਹਨਾਂ ਜੰਗਾਂ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੈਨਿਕਾਂ ਨੇ ਆਪਣੀ ਜਾਨ ਗਵਾਈ ਹੈ। ਉਹਨਾਂ ਸਾਰਿਆਂ ਦੀ ਮੌਤ ਦਾ ਕਾਰਨ ਤੂੰ ਬਣਿਆ ਹੈ। ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਅਨਾਥ ਕਰਨ ਵਾਲਾ ਤੂੰ ਹੈ, ਉਹਨਾਂ ਦੀਆਂ ਇਸਤਰੀਆਂ ਨੂੰ ਵਿਧਵਾ ਬਣਾਉਣ ਵਾਲਾ ਵੀ ਤੂੰ ਹੈ, ਹਰ ਇੱਕ ਦੀ ਮਾਂ ਦੀ ਗੋਦ ਸੁੰਨੀ ਕਰਨ ਵਾਲਾ ਵੀ ਤੂੰ ਹੈ। ਤੂੰ ਆਪਣੇ ਹੀ ਸੈਨਿਕਾਂ ਦੇ ਹਜ਼ਾਰਾਂ ਪਰਿਵਾਰਾਂ ਨੂੰ ਹਮੇਸ਼ਾ ਦੁੱਖ ਦਿੱਤਾ ਹੈ। ਜੰਗ ਲੜ ਕੇ ਰਾਜ ਵਧਾਉਣ ਤੋਂ ਚੰਗਾ ਸੀ ਕਿ ਤੂੰ ਆਪਣੇ ਪੜੋਸੀ ਦੇਸ਼ਾਂ ਨਾਲ ਦੋਸਤੀ ਕਰਕੇ ਉਹਨਾਂ ਦੇ ਨਾਲ ਵਪਾਰ ਵਧਾਉਂਦਾ, ਤੇਰਾ ਰਾਜ ਉਦੋਂ ਵੀ ਸਮ੍ਰਿੱਧ ਅਤੇ ਸੰਪੰਨ ਰਹਿੰਦਾ। ਤੂੰ ਆਪਣੀ ਪਰਜਾ ਨੂੰ ਨਹੀਂ ਪਰ ਆਪਣੇ ਸੈਨਿਕਾਂ ਨੂੰ ਦੁਖੀ ਬਣਾਇਆ ਹੈ, ਇਸ ਲਈ ਤੂੰ ਸਵਰਗ ਵਿੱਚ ਜਾਣ ਦਾ ਹੱਕਦਾਰ ਨਹੀਂ ਹੈ। ਇਹ ਗੱਲ ਸੁਣ ਕੇ ਰਾਜਾ ਚੁੱਪ ਚਾਪ ਪਿੱਛੇ ਹੋ ਗਿਆ। ਉਸ ਤੋਂ ਬਾਅਦ ਚਿੱਤਰਗੁਪਤ ਨੇ ਵਪਾਰੀ ਤੋਂ ਪੁੱਛਿਆ ਕਿ ਤੂੰ ਧਰਤੀ 'ਤੇ ਕਿਹੜੇ ਕਿਹੜੇ ਚੰਗੇ ਕਰਮ ਕੀਤੇ ਨੇ? ਤਦ ਵਪਾਰੀ ਕਹਿੰਦਾ ਹੈ ਕਿ ਹੇ ਭਗਵਾਨ, ਮੈਂ ਧਰਤੀ 'ਤੇ ਜਿੰਨਾ ਵੀ ਧਨ ਕਮਾਇਆ ਹੈ ਉਸ ਦਾ ਅੱਧਾ ਹਿੱਸਾ ਚੰਗੇ ਕਰਮਾਂ ਵਿੱਚ ਲਾਇਆ, ਲੱਖਾਂ ਲੋਕਾਂ ਨੂੰ ਭੋਜਨ ਕਰਾਇਆ, ਕਈ ਆਸ਼ਰਮਾਂ ਨੂੰ ਦਾਨ ਦਿੱਤਾ, ਕਈ ਬੇਘਰ ਲੋਕਾਂ ਨੂੰ ਆਪਣੇ ਧਨ ਨਾਲ ਭਰ ਦਿੱਤਾ, ਕਈ ਸ਼ਹਿਰਾਂ ਵਿੱਚ ਮੰਦਰਾਂ ਦਾ ਨਿਰਮਾਣ ਕਰਾਇਆ,
ਕਈ ਜਗ੍ਹਾ 'ਤੇ ਧਰਮਸ਼ਾਲਾ ਬਣਵਾਈਆਂ, ਹਰ ਇੱਕ ਤੀਰਥ 'ਤੇ ਭੰਡਾਰੇ ਕਰਵਾਏ। ਇਹੀ ਮੇਰੇ ਜੀਵਨ ਦੇ ਚੰਗੇ ਕਰਮ ਨੇ। ਵਪਾਰੀ ਦੀ ਗੱਲ ਸੁਣਨ ਤੋਂ ਬਾਅਦ ਚਿੱਤਰਗੁਪਤ ਨੇ ਆਪਣੀ ਪੁਸਤਕ ਖੋਲ੍ਹੀ, ਜਿਸ ਵਿੱਚ ਉਸ ਦੇ ਜੀਵਨ ਦੇ ਸਾਰੇ ਚੰਗੇ ਬੁਰੇ ਕਰਮ ਲਿਖੇ ਹੋਏ ਸੀ। ਫਿਰ ਚਿੱਤਰਗੁਪਤ ਕਹਿੰਦੇ ਨੇ, ਹੇ ਦੁਸ਼ਟ, ਤੂੰ ਜੋ ਪਾਪ ਕੀਤਾ ਹੈ ਉਹ ਤਾਂ ਉਹਨਾਂ ਚਾਰਾਂ ਦੇ ਪਾਪਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ। ਤੇਰੇ ਇੱਕ ਪਾਪ ਦੇ ਕਾਰਨ ਤੇਰਾ ਸਾਰਾ ਪੁੰਨ ਫਲ ਨਸ਼ਟ ਹੋ ਗਿਆ ਹੈ। ਜੇ ਤੂੰ ਇਹ ਪਾਪ ਨਾ ਕੀਤਾ ਹੁੰਦਾ ਤਾਂ ਤੂੰ ਸਵਰਗ ਵਿੱਚ ਜਾ ਸਕਦਾ ਸੀ, ਪਰ ਤੂੰ ਇਹ ਪਾਪ ਜਾਣਬੁੱਝ ਕੇ ਕੀਤਾ ਹੈ, ਇਸ ਲਈ ਤੈਨੂੰ ਨਰਕ ਵਿੱਚ ਜ਼ਰੂਰ ਜਾਣਾ ਪਵੇਗਾ। ਇਹ ਗੱਲ ਸੁਣ ਕੇ ਉਹ ਧਨੀ ਵਪਾਰੀ ਕਹਿੰਦਾ ਹੈ, ਹੇ ਧਰਮਰਾਜ, ਇਹ ਚਾਰਾਂ ਨੇ ਜੋ ਵੀ ਪੁੰਨ ਕੀਤੇ ਨੇ ਉਹ ਤਾਂ ਮੈਂ ਵੀ ਕੀਤੇ ਨੇ, ਬਲਕਿ ਉਹਨਾਂ ਤੋਂ ਵੱਧ ਕੀਤੇ ਨੇ। ਫਿਰ ਵੀ ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਜੋ ਮੈਨੂੰ ਨਰਕ ਵਿੱਚ ਭੇਜਿਆ ਜਾ ਰਿਹਾ ਹੈ? ਯਮਰਾਜ ਕਹਿੰਦੇ ਨੇ, ਹੇ ਦੁਸ਼ਟ, ਯਾਦ ਕਰ, ਤੂੰ ਉਸ ਅਬਲਾ ਵਿਧਵਾ ਨਾਰੀ 'ਤੇ ਗਲਤ ਦੋਸ਼ ਲਾਇਆ ਸੀ ਕਿ ਉਸਨੇ ਤੇਰੇ ਘਰ 'ਚ ਚੋਰੀ ਕੀਤੀ ਹੈ, ਅਤੇ ਇਸ ਦੇ ਨਾਲ ਹੀ ਤੂੰ ਉਸ ਉੱਪਰ ਕਈ ਗਲਤ ਦੋਸ਼ ਵੀ ਲਗਾਏ ਸੀ। ਉਸਨੂੰ ਵੇਸਵਾ ਕਹਿ ਕੇ ਉਸ ਦੇ ਚਰਿੱਤਰ ਉੱਪਰ ਦਾਗ ਲਗਾਇਆ, ਅਤੇ ਰਾਜੇ ਨੇ ਤੇਰੀ ਗੱਲ ਨੂੰ ਸੱਚ ਮੰਨ ਕੇ ਉਸ ਵਿਧਵਾ ਨਾਰੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਸੀ। ਮਨੁੱਖ ਬ੍ਰਹਮ ਹੱਤਿਆ, ਚੋਰੀ, ਸ਼ਰਾਬ ਸੇਵਨ ਆਦਿ ਪ੍ਰਕਾਰ ਦੇ ਘੋਰ ਪਾਪਾਂ ਤੋਂ ਤੌਬਾ ਕਰਕੇ ਮੁਕਤ ਹੋ ਸਕਦਾ ਹੈ, ਪਰ ਦੂਜਿਆਂ 'ਤੇ ਗਲਤ ਦੋਸ਼ ਲਾਉਣ 'ਤੇ ਕੋਈ ਮਾਫ਼ੀ ਨਹੀਂ ਹੈ। ਜੋ ਦੂਜਿਆਂ ਉੱਪਰ ਗਲਤ ਦੋਸ਼ ਲਗਾਉਂਦਾ ਹੈ, ਸੱਚ ਜਾਣ ਕੇ ਵੀ ਦੂਜਿਆਂ ਨੂੰ ਝੂਠਾ ਕਹਿ ਕੇ ਉਹਨਾਂ ਨੂੰ ਦੋਸ਼ੀ ਬਣਾ ਦਿੰਦਾ ਹੈ, ਉਹ ਤਾਂ ਸਭ ਤੋਂ ਵੱਡਾ ਪਾਪੀ ਹੈ। ਉਸ ਦੁਆਰਾ ਕੀਤੇ ਗਏ ਸਾਰੇ ਪੁੰਨ ਨਸ਼ਟ ਹੋ ਜਾਂਦੇ ਨੇ, ਇਸ ਲਈ ਤੂੰ ਜਿੰਨੇ ਵੀ ਪੁੰਨ ਕੀਤੇ ਨੇ ਉਹ ਸਾਰੇ ਉਸ ਇੱਕ ਪਾਪ ਦੇ ਕਾਰਨ ਨਸ਼ਟ ਹੋ ਗਏ। ਤੂੰ ਧਰਤੀ 'ਤੇ ਜੋ ਦਾਨ ਧਰਮ ਦਾ ਕੰਮ ਕੀਤਾ ਹੈ ਉਹ ਤੂੰ ਉਸ ਪੈਸੇ ਨਾਲ ਕੀਤਾ ਹੈ ਜਿਸ ਨੂੰ ਕਮਾਉਣ ਲਈ ਤੂੰ ਬਹੁਤ ਝੂਠ ਬੋਲਿਆ ਹੈ। ਤੂੰ ਬਹੁਤ ਠੱਗੀ ਕੀਤੀ ਹੈ, ਕਈ ਚੀਜ਼ਾਂ ਵਿੱਚ ਮਿਲਾਵਟ ਕਰਕੇ ਵੇਚਿਆ ਹੈ, ਨਕਲੀ ਚੀਜ਼ਾਂ ਨੂੰ ਅਸਲੀ ਦੇ ਦਾਮ 'ਤੇ ਵੇਚਿਆ ਹੈ, ਕਿੰਨੇ ਵਪਾਰੀਆਂ ਨੂੰ ਰਸਤੇ ਤੋਂ ਹਟਾਇਆ ਹੈ, ਤੇਰੇ ਇਹਨਾਂ ਕਰਮਾਂ ਤੋਂ ਅਣਜਾਣੇ ਵਿੱਚ ਕਿੰਨੇ ਲੋਕ ਬਿਮਾਰ ਹੋ ਕੇ ਮਰ ਗਏ ਨੇ, ਕਿੰਨਿਆਂ ਨੇ ਆਤਮ ਹੱਤਿਆ ਕਰ ਲਈ, ਕਿੰਨਿਆਂ ਦੀ ਮਿਹਨਤ ਦਾ ਪੈਸਾ ਤੇਰੇ ਕੋਲ ਚਲਿਆ ਗਿਆ, ਉਹਨਾਂ ਸਾਰੇ ਲੋਕਾਂ ਦੀ ਬਦਦੁਆ ਤੇਰੇ ਨਾਲ ਹੈ। ਤੂੰ ਜੋ ਕੁਝ ਵੀ ਚੰਗਾ ਕੰਮ ਕੀਤਾ ਹੈ ਉਹ ਸਾਰੇ ਕਰਮ ਜ਼ੀਰੋ ਹੋ ਗਏ, ਇਸ ਲਈ ਤੇਰੇ ਕੋਲ ਵੀ ਤੇਰਾ ਕੋਈ ਸ਼ੁਭ ਕਰਮ ਨਹੀਂ ਹੈ, ਤੂੰ ਸਵਰਗ ਵਿੱਚ ਜਾਣ ਦਾ ਹੱਕਦਾਰ ਨਹੀਂ ਹੈ। ਚਿੱਤਰਗੁਪਤ ਦੀ ਗੱਲ ਸੁਣ ਕੇ ਵਪਾਰੀ ਉਦਾਸ ਹੋ ਕੇ ਪਿੱਛੇ ਹੋ ਗਿਆ। ਉਸ ਤੋਂ ਬਾਅਦ ਵਾਰੀ ਆਈ ਪੰਡਿਤ ਜੀ ਦੀ। ਚਿੱਤਰਗੁਪਤ ਨੇ ਪੰਡਿਤ ਨੂੰ ਅੱਗੇ ਬੁਲਾਇਆ ਅਤੇ ਪੁੱਛਣ ਲੱਗੇ ਕਿ ਤੁਸੀਂ ਆਪਣੇ ਜੀਵਨ ਵਿੱਚ ਕਿਹੜੇ ਚੰਗੇ ਕਰਮ ਕੀਤੇ ਨੇ? ਤਦ ਪੰਡਿਤ ਜੀ ਕਹਿੰਦੇ ਨੇ ਕਿ ਮੇਰਾ ਪੁੰਨ ਇਹ ਹੈ ਕਿ ਮੈਂ ਹਜ਼ਾਰਾਂ ਲੋਕਾਂ ਨੂੰ ਗਿਆਨ ਦਿੱਤਾ ਹੈ, ਹਜ਼ਾਰਾਂ ਯੱਗ ਕਰਵਾਏ, ਹਜ਼ਾਰਾਂ ਦੇ ਘਰਾਂ ਵਿੱਚ ਪੂਜਾ ਪਾਠ ਕਰਾਇਆ, ਦਿਨ ਰਾਤ ਮੈਂ ਈਸ਼ਵਰ ਦਾ ਜਪ ਤਪ ਕੀਤਾ, ਹਜ਼ਾਰਾਂ ਕੰਨਿਆਂ ਦਾ ਵਿਆਹ ਕਰਾਇਆ, ਲੱਖਾਂ ਪਿੰਡਾਂ 'ਚ ਦਾਨ ਸ਼ਰਾਧ ਕਰਾਏ, ਅਣਗਿਣਤ ਲੋਕਾਂ ਨੂੰ ਸਿੱਧੇ ਰਾਹ ਪਾਇਆ, ਇਸ ਤੋਂ ਵੱਧ ਸ਼ੁਭ ਕਰਮ ਹੋਰ ਕੀ ਹੋ ਸਕਦਾ ਹੈ? ਤਦ ਚਿੱਤਰਗੁਪਤ ਆਪਣੀ ਪੁਸਤਕ ਵਿੱਚ ਦੇਖ ਕੇ ਦੱਸਦੇ ਨੇ ਕਿ ਹੇ ਪੰਡਿਤ ਜੀ ਮਹਾਰਾਜ, ਤੁਹਾਡਾ ਕਹਿਣਾ ਸੱਚ ਹੈ, ਤੁਸੀਂ ਅਸਲ ਵਿੱਚ ਸੱਚਮੁੱਚ ਹਜ਼ਾਰਾਂ ਲੋਕਾਂ ਨੂੰ ਗਿਆਨ ਦਿੱਤਾ ਹੈ, ਪਰ ਉਸ ਗਿਆਨ ਨੂੰ ਆਪ ਕਦੇ ਅਮਲ ਵਿੱਚ ਨਹੀਂ ਲਿਆਂਦਾ। ਤੁਸੀਂ ਸੈਂਕੜੇ ਯੱਗ, ਪੂਜਾ ਪਾਠ ਕਰਾਏ, ਪਰ ਉਹਨਾਂ ਨੂੰ ਸਵਾਰਥੀ ਭਾਵ ਨਾਲ ਕੀਤਾ ਜਾਣਾ ਕੋਈ ਕਰਮ ਨਹੀਂ ਹੁੰਦਾ। ਤੁਸੀਂ ਹਮੇਸ਼ਾ ਧਨ ਦੇ ਲਾਲਚੀ ਰਹੇ ਹੋ, ਇਸ ਲਈ ਤੁਸੀਂ ਸਵਰਗ ਵਿੱਚ ਜਾਣ ਦੇ ਹੱਕਦਾਰ ਨਹੀਂ ਹੋ। ਹੁਣ ਪੰਡਿਤ ਜੀ ਵੀ ਉਦਾਸ ਹੁੰਦੇ ਹੋਏ ਪਿੱਛੇ ਹੋ ਗਏ। ਹੁਣ ਬਚਿਆ ਸਿਰਫ ਮਜ਼ਦੂਰ। ਮਜ਼ਦੂਰ ਇਹ ਸਭ ਦੇਖ ਕੇ ਬੜਾ ਹੈਰਾਨ ਸੀ ਕਿ ਹੁਣ ਤੱਕ ਮੈਂ ਜਿਨ੍ਹਾਂ ਨੂੰ ਇੰਨਾ ਮਹਾਨ ਸਮਝ ਰਿਹਾ ਸੀ ਉਹਨਾਂ ਵਿੱਚੋਂ ਕੋਈ ਵੀ ਸਵਰਗ ਦਾ ਹੱਕਦਾਰ ਨਹੀਂ ਰਿਹਾ, ਤਾਂ ਮੈਂ ਕਿਵੇਂ ਸਵਰਗ ਵਿੱਚ ਜਾ ਸਕਦਾ? ਮੈਨੂੰ ਤਾਂ ਸਵਰਗ ਦੀ ਕਲਪਨਾ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਮੈਂ ਤਾਂ ਕਦੇ ਪੂਜਾ ਪਾਠ, ਜਪ ਤਪ ਜਾਂ ਦਾਨ ਕਰਨ ਦੇ ਲਾਇਕ ਵੀ ਨਹੀਂ ਸੀ, ਤਾਂ ਸ਼ੁਭ ਕਰਮ ਕਿੱਥੋਂ ਕਰਦਾ? ਮੈਂ ਤਾਂ ਮਿਹਨਤ ਮਜ਼ਦੂਰੀ ਕਰਕੇ ਸਾਰਾ ਜੀਵਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਰਿਹਾ। ਉਹ ਮਜ਼ਦੂਰ ਇਹ ਸਾਰੀਆਂ ਗੱਲਾਂ ਸੋਚ ਹੀ ਰਿਹਾ ਸੀ, ਇੰਨੇ ਵਿੱਚ ਹੀ ਚਿੱਤਰਗੁਪਤ ਨੇ ਉਸ ਨੂੰ ਆਵਾਜ਼ ਲਾ ਦਿੱਤੀ
ਅਤੇ ਉਸ ਤੋਂ ਪੁੱਛਿਆ। ਪਰ ਉਹ ਮਜ਼ਦੂਰ ਪਹਿਲਾਂ ਹੀ ਕਹਿਣ ਲੱਗ ਪਿਆ, ਹੇ ਭਗਵਾਨ, ਮੈਂ ਧਰਤੀ 'ਤੇ ਇੱਕ ਗਰੀਬ ਦੇ ਘਰ ਵਿੱਚ ਜਨਮ ਲਿਆ ਸੀ। ਦਾਨ, ਹਵਨ, ਪੂਜਾ ਪਾਠ ਕਰਨ ਦੇ ਮੈਂ ਲਾਇਕ ਹੀ ਨਹੀਂ ਸੀ, ਤਾਂ ਮੈਂ ਸ਼ੁਭ ਕਰਮ ਕਿੱਥੋਂ ਕਰਦਾ? ਮੈਂ ਤਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੀ ਮੁਸ਼ਕਲ ਨਾਲ ਕਰਦਾ ਸੀ। ਮੈਂ ਜਾਣਦਾ ਵਾਂ ਕਿ ਮੈਂ ਸਵਰਗ ਵਿੱਚ ਜਾਣ ਦਾ ਹੱਕਦਾਰ ਨਹੀਂ ਹੈਗਾ। ਮੈਂ ਧਰਤੀ 'ਤੇ ਵੀ ਨਰਕ ਭੋਗਿਆ ਹੈ ਅਤੇ ਅੱਗੇ ਵੀ ਨਰਕ ਵਿੱਚ ਹੀ ਜਾਣ ਦੀ ਹੈਸੀਅਤ ਹੈ। ਪਰ ਹੇ ਪ੍ਰਭੂ, ਮੇਰੀ ਇੱਕ ਇੱਛਾ ਹੈ, ਮੈਂ ਸਵਰਗ ਵਿੱਚ ਤਾਂ ਨਹੀਂ ਜਾ ਪਾਵਾਂਗਾ, ਪਰ ਮੈਂ ਇੱਕ ਵਾਰ ਸਵਰਗ ਨੂੰ ਦੇਖਣਾ ਚਾਹੁੰਦਾ। ਇਸ ਤੋਂ ਵੱਧ ਮੇਰੀ ਕੋਈ ਇੱਛਾ ਨਹੀਂ ਹੈ, ਕਿਉਂਕਿ ਮੈਂ ਇਹੋ ਜਿਹਾ ਕੋਈ ਕਰਮ ਕੀਤਾ ਹੀ ਨਹੀਂ ਜੋ ਕੁਝ ਦੇਰ ਲਈ ਵੀ ਮੈਨੂੰ ਸਵਰਗ ਵਿੱਚ ਪਹੁੰਚਾ ਦੇਵੇ। ਮਜ਼ਦੂਰੀ ਤੋਂ ਬਾਅਦ ਲੋਕਾਂ ਦੀ ਸੇਵਾ ਲਈ ਮੇਰੇ ਕੋਲ ਸਮਾਂ ਹੀ ਨਹੀਂ ਬਚ ਪਾਉਂਦਾ ਸੀ। ਬਚਿਆ ਹੋਇਆ ਸਮਾਂ ਮੈਂ ਆਪਣੇ ਬੁੱਢੇ ਮਾਂ ਬਾਪ ਦੀ ਸੇਵਾ ਵਿੱਚ ਲਾ ਦਿੰਦਾ ਸੀ, ਉਹਨਾਂ ਨੂੰ ਖਵਾਉਂਦਾ ਪਿਆਉਂਦਾ, ਉਹਨਾਂ ਦੇ ਕੱਪੜੇ ਬਦਲਦਾ। ਇਹੀ ਮੇਰਾ ਹਰ ਦਿਨ ਦਾ ਕੰਮ ਸੀ। ਮੈਨੂੰ ਤਾਂ ਮੰਦਰ ਜਾਣ ਦਾ ਵੀ ਮੌਕਾ ਨਹੀਂ ਮਿਲਦਾ ਸੀ। ਮਜ਼ਦੂਰ ਦੀ ਗੱਲ ਸੁਣ ਕੇ ਚਿੱਤਰਗੁਪਤ ਨੇ ਆਪਣੀ ਪੁਸਤਕ ਵਿੱਚ ਦੇਖ ਕੇ ਪੁੱਛਿਆ, ਤੂੰ ਧਿਆਨ ਨਾਲ ਸੋਚ ਕੇ ਦੱਸ ਕਿ ਕਦੇ ਨਾ ਕਦੇ ਤਾਂ ਕੋਈ ਸ਼ੁਭ ਕਰਮ ਕੀਤਾ ਹੋਵੇਗਾ। ਤਦ ਮਜ਼ਦੂਰ ਆਪਣੇ ਜੀਵਨ ਦੇ ਘਟਨਾਕ੍ਰਮ ਨੂੰ ਯਾਦ ਕਰਦਾ ਹੈ। ਤਦ ਉਸਨੂੰ ਯਾਦ ਆਉਂਦਾ ਹੈ ਕਿ ਇੱਕ ਵਾਰ ਉਸਨੂੰ ਬਹੁਤ ਤੇਜ਼ ਭੁੱਖ ਲੱਗੀ ਸੀ। ਉਹ ਰੋਟੀ ਖਾਣ ਲਈ ਬੈਠਾ ਹੀ ਸੀ ਕਿ ਇੰਨੇ ਵਿੱਚ ਉੱਥੇ ਇੱਕ ਬਹੁਤ ਹੀ ਕਮਜ਼ੋਰ ਬਿਮਾਰ ਕੁੱਤਾ ਆ ਗਿਆ, ਜੋ ਠੀਕ ਤਰ੍ਹਾਂ ਤੁਰ ਵੀ ਨਹੀਂ ਸੀ ਸਕਦਾ। ਉਹ ਆ ਕੇ ਮੇਰੇ ਸਾਹਮਣੇ ਬੈਠ ਗਿਆ ਅਤੇ ਮੇਰੀ ਰੋਟੀ ਵੱਲ ਗੌਰ ਨਾਲ ਦੇਖਣ ਲੱਗਾ। ਮੈਂ ਸਮਝ ਗਿਆ ਕਿ ਉਹ ਕੁੱਤਾ ਬਹੁਤ ਭੁੱਖਾ ਹੈ। ਮੇਰੇ ਅੰਦਰੋਂ ਆਵਾਜ਼ ਆਈ ਕਿ ਬੇਜ਼ੁਬਾਨ ਜਾਨਵਰ ਨੂੰ ਛੱਡ ਕੇ ਤੂੰ ਇਕੱਲਾ ਕਿਵੇਂ ਖਾ ਸਕਦਾ ਹੈ? ਮੈਂ ਉਹ ਰੋਟੀ ਖੁਦ ਨਾ ਖਾ ਕੇ ਉਸ ਕੁੱਤੇ ਨੂੰ ਖਵਾ ਦਿੱਤੀ। ਉਸ ਦਿਨ ਮੈਂ ਪੂਰਾ ਦਿਨ ਭੁੱਖੇ ਪੇਟ ਰਹਿ ਕੇ ਹੀ ਕੰਮ ਕੀਤਾ ਸੀ। ਮਜ਼ਦੂਰ ਦੀ ਗੱਲ ਸੁਣ ਕੇ ਚਿੱਤਰਗੁਪਤ ਮੁਸਕਰਾਏ ਅਤੇ ਉਸਦਾ ਹੱਥ ਫੜ ਕੇ ਬੜੇ ਹੀ ਸਨਮਾਨ ਦੇ ਨਾਲ ਉਸਨੂੰ ਸਵਰਗ ਵਿੱਚ ਲੈ ਕੇ ਗਏ ਅਤੇ ਕਹਿਣ ਲੱਗੇ ਕਿ ਅਸਲ ਵਿੱਚ ਤੂੰ ਹੀ ਸਵਰਗ ਵਿੱਚ ਰਹਿਣ ਦਾ ਹੱਕਦਾਰ ਹੈ। ਪ੍ਰਾਣੀਆਂ 'ਤੇ ਦਇਆ ਦਿਖਾਉਣਾ ਹੀ ਸਭ ਤੋਂ ਵੱਡਾ ਸ਼ੁਭ ਕਰਮ ਹੈ। ਮਨੁੱਖ ਜੋ ਵੀ ਕਰਮ ਨਿਸਵਾਰਥ ਭਾਵ ਨਾਲ ਕਰਦਾ ਹੈ, ਅਸਲ ਵਿੱਚ ਉਸਦਾ ਹੀ ਉਸਨੂੰ ਸਭ ਤੋਂ ਵੱਡਾ ਪੁੰਨ ਮਿਲਦਾ ਹੈ। ਨਿਸਵਾਰਥ ਭਾਵ ਨਾਲ ਕੀਤਾ ਗਿਆ ਇੱਕ ਛੋਟੇ ਤੋਂ ਛੋਟਾ ਕੰਮ ਵੀ ਤੁਹਾਡੇ ਸੈਂਕੜੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ। ਲੋਕਾਂ ਤੋਂ ਲਾਲਚ, ਮੋਹ ਅਤੇ ਸਵਾਰਥ ਦੇ ਵੱਸ ਹੋ ਕੇ ਕੀਤਾ ਗਿਆ ਸ਼ੁਭ ਕਰਮ ਵੀ ਫਲਦਾਈ ਨਹੀਂ ਹੁੰਦਾ। ਇਸ ਲਈ ਧਿਆਨ ਰੱਖੋ ਕਿ ਜੀਵਨ ਵਿੱਚ ਚੰਗੇ ਕਰਮ ਵੀ ਚੰਗੀ ਭਾਵਨਾ ਨਾਲ ਕਰਨੇ ਚਾਹੀਦੇ ਨੇ। ਇਹ ਨਾ ਹੋਵੇ ਕਿ ਤੁਸੀਂ ਕਿਸੇ ਤੋਂ ਧਨ ਖੋਹ ਕੇ ਜਾਂ ਚੋਰੀ ਕਰਕੇ ਕਰਮ ਵਿੱਚ ਲਾ ਦਿੱਤਾ ਹੋਵੇ। ਉਹ ਧਨ ਜੋ ਤੁਸੀਂ ਕਿਸੇ ਤੋਂ ਕੁਝ ਗਲਤ ਕਰਕੇ ਲਿਆ ਹੋਵੇ ਅਤੇ ਬਾਅਦ ਵਿੱਚ ਉਹ ਧਨ ਦਾਨ ਪੁੰਨ ਵਿੱਚ ਜਾਣ ਨਾਲ ਨਹੀਂ ਭਰਦਾ। ਦੋਸਤੋ, ਸਵਰਗ ਵਿੱਚ ਉਹੀ ਵਿਅਕਤੀ ਜਾਂਦਾ ਹੈ ਜਿਸਨੇ ਨਿਸਕਾਮ ਨਿਸਵਾਰਥ ਭਾਵ ਨਾਲ ਪ੍ਰਾਣੀਆਂ ਦੀ ਸੇਵਾ ਕੀਤੀ ਹੋਵੇ, ਭਾਵੇਂ ਹੀ ਉਸਨੇ ਜੀਵਨ ਵਿੱਚ ਇੱਕ ਪੈਸਾ ਵੀ ਦਾਨ ਨਾ ਕੀਤਾ ਹੋਵੇ, ਪਰ ਉਹ ਜਿਸ ਦੇ ਲਾਇਕ ਸੀ ਆਪਣੀ ਸਮਰੱਥਾ ਦੇ ਅਨੁਸਾਰ, ਉਸਨੇ ਨਿਸਵਾਰਥ ਭਾਵ ਨਾਲ ਜੋ ਵੀ ਕੰਮ ਕੀਤਾ ਉਹੀ ਉਸਦੀ ਮੁਕਤੀ ਦਾ ਰਾਹ ਤੈਅ ਕਰਦਾ ਹੈ। ਤਾਂ ਦੋਸਤੋ, ਆਸ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਚੰਗੀ ਲੱਗੀ ਹੋਵੇਗੀ। ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਸ਼ੁਕਰੀਆ।